ਇੱਕ ਮੈਂ ਤੁਹਾਡਾ ਪੰਜ ਵਿਆਹਾਂ ਵਾਲਾ ਜਿਹੜਾ ਕਿੱਸਾ ਉਹ ਮੈਂ ਜ਼ਰੂਰ ਸੁਣਿਆ ਹੈਗਾ, ਉਹ ਜ਼ਰੂਰ ਦੱਸ ਕਰਨ ਤੁਸੀਂ ਦੱਸੋ ਇੱਕ ਵਾਰੀ। ਦੇਖੋ ਜੀ, ਤੁਹਾਨੂੰ ਪਤਾ ਹੈ ਵੀ ਅੱਜ ਤੱਕ ਵੀ ਜਿਹੜਾ ਸਮਾਜ ਹੈ ਉਹ ਇਹਨੂੰ ਪ੍ਰਵਾਨਗੀ ਨਹੀਂ ਦਿੰਦਾ, ਬਸ਼ਰਤੇ ਕਿ ਬਹੁਤ ਦੁਨੀਆ ਅੱਗੇ ਵੱਧ ਚੁੱਕੀ ਹੈ, ਬੜੀ ਟੈਕਨੋਲੋਜੀ ਫਾਰਵਰਡ ਹੋ ਗਈ ਟੈਕਨੋਲੋਜੀ, ਅਤੇ ਸੰਸਾਰ ਨੇ ਬਹੁਤ ਪਲਾਂਘਾਂ ਵੱਡੀਆਂ ਪੁੱਟੀਆਂ ਨੇ, ਫਿਰ ਵੀ ਅਸੀਂ ਜਾਤੀ ਤੌਰ 'ਤੇ ਕੁਝ ਲੋਕ ਧਰਮਾਂ ਜਾਤਾਂ ਅਤੇ ਇਹਨਾਂ ਜਿਹੜੀਆਂ ਰਵਾਇਤਾਂ ਨੇ ਉਹ 'ਚ ਜਕੜੇ ਹੋਏ ਹੈ। ਸਦੀਆਂ ਦਾ ਜਿਹੜਾ ਉਹ ਸਿਸਟਮ ਹੈ ਉਹ ਅਲਾਓ ਨਹੀਂ ਕਰਦਾ ਇਹਨਾਂ ਗੱਲਾਂ ਨੂੰ। ਅਸੀਂ ਲਵ ਮੈਰਿਜ ਕਰਵਾਈ, ਪਹਿਲਾਂ ਤਾਂ ਪਹਿਲਾ ਵਿਆਹ ਤਾਂ ਸਾਡਾ ਅਸੀਂ ਦੋਵਾਂ ਨੇ ਕਰਾ ਲਿਆ, ਫਿਰ ਨਾ ਇਹਨਾਂ ਦੇ ਘਰ ਦੇ ਸਹਿਮਤ ਸੀ ਨਾ ਮੇਰੇ ਘਰ ਦੇ ਸਹਿਮਤ ਸੀਗੀ, ਠੀਕ ਹੈ ਜੀ। ਇਹ ਇਹਨਾਂ ਦੇ ਮਦਰ ਇਹਨਾਂ ਨੂੰ ਪਿੰਡ ਲੈ ਗਏ, ਪੇਕੇ ਪਿੰਡ ਲੈ ਗਏ, ਫਿਰ ਉੱਥੇ ਚਲਾ ਗਿਆ ਜੀ ਮੈਂ ਮਿੰਨਤਦਾਰੀ ਕਰਕੇ, ਉੱਥੋਂ ਵਿਆਹ ਕਰਾ ਕੇ ਆ ਗਿਆ ਦੋ। ਫਿਰ ਇੱਥੇ ਜਦੋਂ ਇਹਨਾਂ ਦੀ ਮਦਰ ਨੂੰ ਪਤਾ ਲੱਗਿਆ ਵੀ ਇਹਨੇ ਤਾਂ ਢਹਿ ਜਾਣੇ ਨੇ ਸਿਆਪਾ ਪਾਤਾ, ਫਿਰ ਉਹ ਕਹਿੰਦੇ ਵੀ ਅਸੀਂ ਵੀ ਕਾਹਨੂੰ ਪਾ ਰਹੇ ਨੇ, ਫਿਰ ਉਹ ਕਹਿੰਦੇ ਵੀ ਮੈਂ ਕਰ ਦਿੰਦੇ ਵਿਆਹ, ਫਿਰ ਸਾਡਾ ਤੀਜਾ ਵਿਆਹ ਉਹਨਾਂ ਨੇ ਕਰਤਾ ਜੀ, ਠੀਕ ਹੈ ਜੀ। ਅਤੇ ਮੁੜ ਕੇ ਮੇਰੇ ਪੇਕੇ ਪਿੰਡ ਵਾਲਿਆਂ ਨੇ, ਮੇਰੇ ਬਖਤੜੀ ਪਿੰਡ ਵਾਲਿਆਂ ਨੇ, ਮੈਂ ਉਦੋਂ ਹੁਣ ਤਾਂ ਚਲੋ ਸਾਰੇ ਲੁਧਿਆਣੇ ਹੀ ਹਾਂ ਅਸੀਂ, ਅਤੇ ਅਸੀਂ ਫਿਰ ਪਿੰਡ ਮੇਰੀ ਮੈਰਿਜ ਪਿੰਡ ਵਾਲਿਆਂ ਨੇ ਸਾਡੇ ਮਦਰ ਉਹਨਾਂ ਨੇ ਉੱਥੇ ਸ਼ੋਅ ਕੀਤਾ ਵੀ ਇਹਨਾਂ ਨੇ ਵਿਆਹ ਕਰਾ ਲਿਆ। ਚੌਥੀ ਮੈਰਿਜ ਸਾਡੀ ਬਖਤੜੀ ਜਾ ਕੇ ਹੋ ਗਈ, ਅਤੇ 25ਵੀਂ ਸਾਲ ਗਰਾ ਅਤੇ ਪੰਜਵਾਂ ਵਿਆਹ ਸਾਡੇ ਬੱਚਿਆਂ ਨੇ ਸਾਡਾ ਕਰਤਾ। ਦੁਨੀਆਂ 'ਚ ਇੱਕ ਨਵੀਕਲੀ, ਵੈਸੇ ਤਾਂ ਅਸੀਂ ਰਿਕਾਰਡਡ ਹੈ, ਮੈਂ ਹਾਕਮ ਬਖਤਰੀ ਵਾਲਾ ਕ੍ਰੀਏਟਿਵ ਮਾਈਂਡਡ ਆਦਮੀ ਹੈ, ਮੈਂ ਹਮੇਸ਼ਾ ਨਵੀਆਂ ਗੱਲਾਂ ਕਰਦਾ, ਜਿਵੇਂ ਇੱਕੋ ਜਿਹੀਆਂ ਡਰੈੱਸਾਂ ਪਾਉਣੀਆਂ ਅਸੀਂ ਸ਼ੁਰੂ ਕੀਤੀਆਂ ਸੰਸਾਰ ਦੇ ਵਿੱਚ, ਸਭ ਤੋਂ ਪਹਿਲਾਂ ਸਾਡੀ ਜੋੜੀ ਨੇ, ਅੱਜ ਇਹ ਬ੍ਰਾਂਡ ਚੱਲਦਾ ਸੰਸਾਰ ਦੇ ਵਿੱਚ, ਈਵਨ ਕਿ ਫਿਲਮਾਂ ਤੱਕ। ਸੋ ਤੁਸੀਂ ਫੋਟੋ ਦਾ ਵੀ ਪੋਜ਼ ਦੇਖਿਆ ਹੋਣਾ ਆ, ਜਿਹੜਾ ਪਿੱਠਾ ਜੋੜ ਕੇ, ਉਹ ਅਮਰ ਸਿੰਘ ਚਮਕੀਲੇ ਦਾ, ਉਦੋਂ ਰਿਕਾਰਡਾਂ ਤੇ ਫੋਟੋ ਨਹੀਂ ਹੁੰਦੀਆਂ ਸੀ, ਉਹ ਅਸੀਂ ਵਿਆਹ ਕਰਾਉਣ ਸਾਰ ਉਹ ਸਨੈਪ ਖਿਚਾਇਆ ਸੀ ਸਭ ਤੋਂ ਪਹਿਲਾਂ, ਉਹ ਇੰਨਾ ਹਿੱਟ ਹੋ ਰਿਹਾ, ਪਾਪੂਲਰ ਹੋਇਆ ਵੀ ਹਰੇਕ ਜੋੜੀ ਨੇ ਅੱਜ ਤੱਕ ਵੀ ਉਹ, ਮਤਲਬ ਜਦੋਂ ਉਹਦਾ ਸਾਡਾ ਪੋਜ਼ ਸੀਗਾ, ਸਾਡੀ ਮੈਰਿਜ 1982 ਜੋ ਤਾਂ ਅਮਰ ਜੋ ਚਮਕੀਲਾ ਇਕੱਠੇ ਵੀ ਨਹੀਂ ਸੀ ਜਦੋਂ ਦਾ ਪੋਜ਼ ਹੈ, ਤੇ ਉਹ ਵੀ ਮਤਲਬ ਇੰਨਾ ਹਿੱਟ ਕਹਿਣ ਤੋਂ ਪਾਵੇ ਵੀ ਬਹੁਤ, ਮਤਲਬ ਜਿਹੜੀ ਵੀ ਅਸੀਂ ਕੀਤੀ ਆ ਇਸ ਪੈਰ ਰੱਖਿਆ ਇਸ ਲਾਈਨ ਦੇ ਵਿੱਚ, ਉਹ ਸਾਰਿਆਂ ਨੇ ਫੋਲੋ ਕੀਤਾ ਉਹਨੂੰ। ਕਹਿਣ ਤੋਂ ਭਾਵ ਹੈ, ਹੁਣ ਦੇਖਣ ਨੂੰ ਮਜ਼ਾਕ ਜਿਹਾ ਲੱਗਦਾ ਪਰ ਬੜੇ ਬਾ ਕਮਾਲ ਗੱਲ ਹੈ ਵੀ ਸਾਡੀਆਂ ਪੰਜ ਮੈਰਿਜਾਂ ਹੋਈਆਂ ਪਰ ਇੱਕ ਦੂਸਰੇ ਦੇ ਨਾਲ ਹੋਈਆਂ, ਅਸੀਂ ਦੂਜੇ ਕਲਾਕਾਰਾਂ ਵਾਂਗੂ ਇੱਧਰ ਉੱਧਰ ਨਹੀਂ ਗਏ। ਇਹ ਵਧਾਈ ਦੇ ਪੱਤਰ ਵੀ ਮੈਂ ਕਹੂੰਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਡਰੈਸ ਦਾ ਜਿਹੜਾ ਟ੍ਰੈਂਡ ਹੈਗਾ ਤੇ ਪੋਜ਼ਿੰਗ ਦਾ ਜਿਵੇਂ ਮੈਡਮ ਕਹਿ ਰਹੇ ਹੈਗੇ ਨੇ ਤੇ ਉਹ ਤੁਸੀਂ ਸ਼ੁਰੂਆਤ ਕੀਤੀ ਹੈ ਤੇ ਵਧਾਈ ਦੇ ਪੱਤਰ ਹੋ ਮੈਂ ਕਹੂੰਗਾ। ਉਹ ਪੋਜ਼ ਉਦੋਂ ਦਾ ਜਦੋਂ ਅਸੀਂ ਇੱਕ ਦੂਜੇ ਨੇ ਇੱਕੋ ਜਿਹੀਆਂ ਡਰੈੱਸਾਂ ਵੀ ਸ਼ੁਰੂ ਨਹੀਂ ਕੀਤੀਆਂ ਸੀ ਪਾਉਣੀਆਂ, ਮੈਰਿਜ ਤੋਂ ਦੂਜੇ ਦਿਨ ਦਾ ਪੋਜ਼ ਹੈ ਉਹ ਸਾਡਾ। ਅੱਛਾ ਜੀ, ਹਾਂਜੀ, ਬਾ ਕਮਾਲ ਹੈ ਜ਼ਿੰਦਗੀ। ਅਸੀਂ ਬਹੁਤ ਮੈਰਿਜ ਤੋਂ ਦੂਸਰੇ ਦਿਨ ਹੀ ਖਿਚਾਇਆ ਸੀਗਾ ਉਹ, ਤੇ ਉਦੋਂ ਇੱਕੋ ਹੀ ਸਟੂਡੀਓ ਹੁੰਦਾ ਸੀ, ਜਿਹੜਾ ਕਲਾਕਾਰ ਉੱਥੇ ਜਾਂਦਾ ਸੀ ਉਹਦਾ ਹੀ ਉਹ ਆ ਪੋਜ਼ ਕਰ ਦਿੰਦੇ। ਇੱਕ ਗੱਲ ਹੋਰ ਨਾਲ ਹੋਰ ਵੀ ਕਹਿੰਦੇ ਸੀਗੇ ਕਿ ਜਿਹੜਾ ਜਿੱਦਣ ਮੈਰਿਜ ਹੋਈ ਆ ਤੇ ਉਸ ਤੋਂ ਅਗਲੇ ਦਿਨ ਹੀ ਫਿਰ ਸਾਨੂੰ ਪ੍ਰੋਗਰਾਮ ਵੀ ਕਰਨਾ। ਹਾਂ, ਉਸੇ ਗੱਲ ਕਰਦੇ, ਪ੍ਰੋਗਰਾਮ ਤੋਂ ਆ ਕੇ ਫਿਰ ਉਹ ਪੋਜ਼ ਕਰਾਇਆ ਨਾ, ਡਰੈਸਅਪ ਸੀਗੇ ਜਿਵੇਂ ਹੁਣ ਤੁਸੀਂ ਕਹਿਤਾ ਵੀ ਹਾਕਮ ਬਖਤਰੀ ਵਾਲੇ ਨੂੰ ਟੋਰੇ ਨਾਲ ਹੀ, ਇਹ ਸੱਚ ਹੈ, ਕੋਈ ਸ਼ੱਕ ਨਹੀਂ, ਬੋਧੀਆਂ 'ਚ ਵੀ ਆਪਾਂ ਬੈਠ ਜਾਂਦੇ ਤਾਂ ਕੋਈ ਗੱਲ ਨਹੀਂ, ਬਹੁਤ ਸੈਂਕੜੇ ਇੰਟਰਵਿਊਆਂ ਹੋਈਆਂ ਪਰ ਹੋਣ, ਅਤੇ ਉੱਦਾਂ ਮੈਂ ਜਿਹੜਾ ਮੇਰਾ ਚਿਹਰਾ ਮੋਹਰਾ ਪੰਜਾਬ ਦੇ ਵਿੱਚ ਜਿਹੜੀ ਲੁੱਕ ਹੈ ਉਹ ਮੇਰੀ ਇਸੇ ਸਿਸਟਮ ਵਾਈਜ ਮੈਨੂੰ ਪਰਵਾਨਾ ਇਹਨਾਂ ਨੇ। ਮਤਲਬ ਸਾਡੇ ਵੀ ਮਾਇੰਡ 'ਚ ਨਹੀਂ ਆਇਆ ਸੀਗਾ ਵੀ ਅਸੀਂ ਇੱਕੋ ਜਿਹੀਆਂ ਡਰੈੱਸਾਂ ਪਾਉਣੀਆਂ, ਦੂਜੇ ਦਿਨ ਦਾ ਹੀ ਉਹ ਪੋਜ਼ ਹੈ 1982 ਦਾ, ਅਤੇ ਅਮਰਜੋਤ ਚਮਕੀਲਾ ਤਾਂ ਬਹੁਤ ਸਾਲਾਂ ਬਾਅਦ ਇਕੱਠੇ ਹੁੰਦੇ ਨੇ, 3-4 ਸਾਲ ਬਾਅਦ।